ਉਹਦੇ ਨਾਲ ਜੀ ਦੇਖੋ ਮੈਂ ਥੋੜ੍ਹਾ ਬਹੁਤ ਕਮਾਉਣਾ ਸ਼ੁਰੂ ਕੀਤਾ, ਕਦੇ 50 ਰੁਪਏ ਦਿਹਾੜੀ, ਕਦੇ 100 ਰੁਪਇਆ, ਕਦੇ 150 ਰੁਪਇਆ ਕਮਾ ਕੇ ਦਿਹਾੜੀ ਵੀ ਲਿਆਉਂਦੇ ਰਹੇ ਜੀ। ਇਹਦੇ ਨਾਲ ਅਸੀਂ ਟਾਈਮ ਪਾਸ ਕਰਦੇ ਹਾਂ। ਸਾਡੇ ਮਕਾਨ ਵੀ ਕੱਚੇ ਆ, ਬਾਰਿਸ਼ ਹੁੰਦੀ ਹੈ, ਸਾਡੇ ਕਮਰੇ ਚੋ ਪੈਂਦੇ, ਸਾਡੇ ਬਿਸਤਰੇ ਇਕੱਲੇ ਹੋ ਜਾਂਦੇ, ਸਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ। ਅਤੇ ਉਹ ਮਜ਼ਦੂਰ ਹੋਏ ਸੀ ਪੈਸੇ, ਅਤੇ ਉਹ ਆਪਣੇ 1.5 ਲੱਖ ਰੁਪਇਆ ਮਜ਼ਦੂਰ ਹੋਇਆ ਸਰਕਾਰ ਵੱਲੋਂ, ਅਤੇ ਉਹ 7 ਸਾਲ ਹੋ ਗਏ ਨੇ, ਅਜੇ ਤੱਕ ਪੈਸਾ ਨਹੀਂ ਕੋਈ ਮਿਲਿਆ ਸਾਨੂੰ। ਹਾਂਜੀ, ਮੇਰਾ ਜੀ ਵਿਆਹ ਵੀ ਹੋਇਆ ਜੀ, ਵਿਆਹ ਮੇਰਾ ਥੋੜ੍ਹੇ ਤੰਗੀਆਂ ਕਰਕੇ, ਪੈਸਿਆਂ ਦੇ ਕਰਕੇ, ਲੜਾਈ ਹੈ ਝਗੜੇ ਹੁੰਦੇ ਕਰਕੇ, ਇਹਦੇ ਕਰਕੇ ਮੇਰਾ ਡਿਵੋਰਸ ਵੀ ਹੋ ਗਿਆ। ਅਤੇ ਉਹਨਾਂ ਨੇ ਇਹੋ ਕਿਹਾ ਸੀਗਾ ਆਪਣੇ ਫੋਟੋ ਖਿੱਚ ਕੇ ਲਿਆਓ, ਕਮਰਾ ਘਟਾਓ, ਅਤੇ ਫਿਰ ਅਸੀਂ ਤੁਹਾਨੂੰ ਪੈਸੇ ਪਾਵਾਂਗੇ। ਕਮਰਾ ਵੀ ਘਟਾ ਦਿੱਤਾ, ਅਤੇ ਆਪਣੇ ਪੈਸਾ ਨਹੀਂ ਕੋ ਉਹਨਾਂ ਨੇ ਵਜੇ ਤੱਕ ਪਾਇਆ। ਵਰਕਸ਼ਾਪ ਕੰਮ ਕਰਨ ਦੇ ਨਾਲ ਡੈਡੀ ਉਹਨਾਂ ਦੇ, ਮੇਰੇ ਡੈਡੀ ਜੀ ਦੀ ਅੱਖ ਵਿੱਚ ਬੂਰਾ ਪੈਣ ਦੇ ਕਰਕੇ ਅੱਖ ਜੋਗੀ ਪੁਤਲੀ ਪੁਤਲੀ ਜਿਹੜੀ ਉਹ ਸੜ ਗਈ। ਕਹਿੰਦੇ ਨੇ ਮਿਹਨਤ ਕਸ਼ ਇਨਸਾਨ ਕਦੇ ਵੀ ਭੁੱਖਾ ਨਹੀਂ ਮਰਦਾ, ਪਰਮਾਤਮਾ ਵੀ ਉਸਦਾ ਸਾਥ ਜ਼ਰੂਰ ਦਿੰਦਾ ਹੈ। ਇਸੇ ਤਰ੍ਹਾਂ ਦੇ ਅੰਮ੍ਰਿਤਧਾਰੀ ਬਜ਼ੁਰਗ ਨਾਲ ਅੱਜ ਅਸੀਂ ਆਪਣੇ ਦਰਸ਼ਕਾਂ ਨੂੰ ਮਿਲਾਵਾਂਗੇ, ਜੋ ਕਿ ਬਟਾਲੇ ਦੇ ਕਾਨੂੰ ਵਨ ਰੋਡ ਤੇ ਆਪਣੇ ਬੇਟੇ ਅਤੇ ਪਤਨੀ ਨਾਲ ਰਹਿੰਦਾ ਹੈ। ਪੇਸ਼ੇ ਵਜੋਂ ਬਟਾਲੇ ਦੇ ਕਿਸੇ ਕਾਰਖਾਨੇ ਵਿੱਚ ਦੋਵੇਂ ਬਾਪ ਬੇਟਾ ਕੰਮ ਕਰਦੇ ਸੀ। ਹਾਲਾਤ ਵੀ ਚੰਗੇ ਸੀ, ਪਰ ਮੁਸੀਬਤ ਇਸ ਤਰ੍ਹਾਂ ਬਾਪੂ ਨੂੰ ਘੇਰ ਲੈਂਦੀ ਹੈ ਕਿ ਪਹਿਲਾਂ ਬੇਟੇ ਦਾ ਕਾਰਖਾਨੇ ਵਿੱਚ ਹੀ ਕੰਮ ਕਰਦਿਆਂ ਹੋਇਆ ਐਕਸੀਡੈਂਟ ਹੋ ਜਾਂਦਾ ਹੈ, ਤੇ ਬੇਟੇ ਦੇ ਨਾਲ ਨਾਲ ਬਾਪੂ ਵੀ ਆਪਣਾ ਕੰਮ ਛੱਡ ਦਿੰਦਾ ਹੈ, ਕਿਉਂਕਿ ਬਾਪੂ ਦੀਆਂ ਅੱਖਾਂ ਖਰਾਬ ਹੋ ਜਾਂਦੀਆਂ ਨੇ, ਜਿਸ ਦਾ ਇਲਾਜ ਅਜੇ ਤੱਕ ਚੱਲ ਰਿਹਾ। ਪਰ ਦੋਵੇਂ ਬਾਪ ਅਤੇ ਬੇਟੇ ਨੇ ਹਿੰਮਤ ਨਹੀਂ ਹਾਰੀ ਅਤੇ ਸਾਈਕਲ ਤੇ ਥੋੜੇ ਜਿਹੇ ਖਿਲੌਣੇ ਦੋਵੇਂ ਬਾਪ ਬੇਟਾ ਵੇਚਣਾ ਸ਼ੁਰੂ ਕਰ ਦਿੰਦੇ ਨੇ, ਜਿਸ ਦੇ ਨਾਲ ਜ਼ਿਆਦਾ ਤਾਂ ਨਹੀਂ ਪਰ ਬਹੁਤ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚੱਲਣਾ ਸ਼ੁਰੂ ਹੋ ਜਾਂਦਾ ਹੈ। ਇਸ ਮੌਕੇ ਅੰਮ੍ਰਿਤਧਾਰੀ ਗੁਰਬਖਸ਼ ਸਿੰਘ ਅਤੇ ਉਸਦੇ ਬੇਟੇ ਸੁਖਦੇਵ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਗੱਲ ਇਹ ਜੀ, ਆਪਣੇ ਅਸੀਂ ਫਾਰਮ ਭਰ ਕੇ ਦਿੱਤੇ ਕੱਚੇ ਕੋਠਿਆਂ ਦੇ, ਅਤੇ ਉਹ ਮਜ਼ਦੂਰ ਹੋਏ ਸੀ ਪੈਸੇ, ਅਤੇ ਉਹ ਆਪਣੇ 1.5 ਲੱਖ ਰੁਪਇਆ ਮਜ਼ਦੂਰ ਹੋਇਆ ਸਰਕਾਰ ਵੱਲੋਂ, ਅਤੇ ਉਹ 7 ਸਾਲ ਹੋ ਗਏ ਨੇ, ਅਜੇ ਤੱਕ ਪੈਸਾ ਨਹੀਂ ਕੋਈ ਮਿਲਿਆ ਸਾਨੂੰ। ਅਤੇ ਅਸੀਂ ਆਪਣੇ ਇਹੋ ਆਸ ਕਰਦੇ ਰਹੇ ਵੀ ਚਲੋ ਆ ਪੈਸੇ ਮਿਲਣਗੇ, ਪਰ ਸਾਨੂੰ ਫਿਰ ਅਸੀਂ ਫਿਰ ਮਰ ਮਰ ਕੇ ਥੱਕ ਗਏ ਕਮੇਟੀ ਘਰ 'ਚੋਂ, ਸਾਨੂੰ ਕੋਈ ਪੈਸਾ ਨਹੀਂ ਮਿਲਿਆ ਦਾ। ਅਤੇ ਉਹਨਾਂ ਨੇ ਇਹੋ ਕਿਹਾ ਸੀਗਾ ਆਪਣੇ ਫੋਟੋ ਖਿੱਚ ਕੇ ਲਿਆਓ, ਕਮਰਾ ਘਟਾਓ, ਅਤੇ ਫਿਰ ਅਸੀਂ ਤੁਹਾਨੂੰ ਪੈਸੇ ਪਾਵਾਂਗੇ। ਅਤੇ ਸਾਨੂੰ ਇਹ ਉਹ ਅਸੀਂ ਕਮਰਾ ਵੀ ਢਾ ਦਿੱਤਾ, ਅਤੇ ਆਪਣੇ ਫੋਟੋ ਵੀ ਲਾ ਕੇ ਦਿੱਤੀ, ਤਾਂ ਆਪਣੇ ਸਾਨੂੰ ਕੋਈ ਮਤਲਬ ਉਸ ਪੈਸਾ ਨਹੀਂ ਕੋਈ ਉਹਨਾਂ ਨੇ ਵਜੇ ਤੱਕ ਪਾਇਆ। ਕਾਰੋਬਾਰ ਇਹੋ ਮਾੜਾ ਮੋਟਾ ਹੀ ਹੈ, ਆਪਣੇ ਫੁੱਟਬਾਲ ਜਾਂ ਕੋਈ ਲੈ ਗਏ ਤੇ 2-4 ਤੇ ਉਹ ਆਪਣੇ ਮਾੜਾ ਮੋਟਾ ਖਡਾਉਣਾ ਜਾ, ਅਤੇ ਉਹ ਆਪਣੇ ਜੇ ਵੇਖ ਕੇ ਤਾਂ ਠੀਕ ਹੈ, ਨਾ ਵੇਖ ਕੇ ਤਾਂ ਆਪਣੇ ਸੋ ਇਸ ਤਰ੍ਹਾਂ ਹੀ ਆ ਜਾਈਦਾ। ਜੇ ਵੇਖ ਜਾਂ ਤਾਂ ਫਿਰ 200-300 ਬਣ ਜਾਂਦਾ, ਅਤੇ ਜੇ ਨਾ ਵੇਖਣ ਤਾਂ ਫਿਰ ਉਸ ਕੋਈ ਨਹੀਂ ਬਣਦਾ। ਮਦਦ ਸਾਡੇ ਵਾਸਤੇ ਇਹ ਵੀ ਜੇ ਸਾਡੇ ਕੋਲ ਸਾਡੇ ਨਾਲ ਕੋਈ ਮਦਦ ਕਰੇ, ਅਸੀਂ ਚਾਹੁੰਦੇ ਵੀ ਮਦਦ ਕਰੇ ਕੋਈ ਸਾਡੀ ਜਿਹੜੀ ਇੱਕ ਨਜ਼ਰੇ ਨਾਲ ਸਾਡਾ ਘਰ ਦਾ ਜਿਹੜਾ ਗੁਜ਼ਾਰਾ ਸਹੀ ਹੋ ਜਾਵੇ। ਨਹੀਂ ਜੀ, ਸਾਡੇ ਨਾਲ ਕੋਈ ਅੱਗੇ ਗਾਹ ਨਹੀਂ, ਕੋਈ ਆਪਣੇ ਨਾਲ ਕੋਈ ਆਪਣੇ ਸਾਡੇ ਆਪਣੇ ਨਾਲ ਲਿਆ ਕੋਈ। ਇਹ ਜੀ ਬਟਾਲੇ ਸ਼ਹਿਰ ਦਾ ਰਹਿਣ ਵਾਲਾ ਮੈਂ, ਗਰੀਬ ਪਰਿਵਾਰ ਦਾ ਬੱਚਾ ਹਾਂ। ਇਹ ਮੈਂ ਜੀ ਪਹਿਲਾਂ ਵਰਕਸ਼ਾਪਾਂ ਦੇ ਕੰਮ ਕਰਦਾ ਸੀ, ਖਰਾਦ ਦਾ ਕੰਮ, ਮੇਰੇ ਡੈਡੀ ਵੀ ਖਰਾਦ ਦਾ ਕੰਮ ਕਰਦੇ ਸੀ। ਉਹ ਪਹਿਲੇ ਜਦੋਂ ਅਸੀਂ ਛੋਟੇ ਛੋਟੇ ਹਾਂ, ਉਹ ਦਿਹਾੜੀ ਲੈਂਦੇ ਸੀ, 250 ਰੁਪਈਆ ਦਿਹਾੜੀ ਲੈਂਦੇ ਰਹੇ, ਉਦੋਂ ਲਗਾਤਾਰ ਦਿਹਾੜੀ ਲਾਉਂਦੇ ਰਹੇ ਅਤੇ ਉਹਨਾਂ ਦਾ ਗੁਜ਼ਾਰਾ ਕਰਦੇ ਸੀ ਘਰ ਦਾ। ਉਹਦੇ ਵਿੱਚ ਵਰਕਸ਼ਾਪ ਕੰਮ ਕਰਨ ਦੇ ਨਾਲ ਡੈਡੀ ਉਹਨਾਂ ਦੇ, ਮੇਰੇ ਡੈਡੀ ਜੀ ਦੀ ਅੱਖ ਵਿੱਚ ਬੂਰਾ ਪੈਣ ਦੇ ਕਰਕੇ ਅੱਖ ਜੋ ਗਈ ਪੁਤਲੀ ਪੁਤਲੀ ਜਿਹੜੀ ਉਹ ਸੜ ਗਈ, ਉਹ ਉਹਨਾਂ ਦੀ ਅੱਖ ਡੈਮੇਜ ਹੋ ਗਈ, ਉਹ ਹੁਣ ਜੀ ਅੱਖ ਕੰਮ ਨਹੀਂ ਕਰਦੀ ਹੈ, ਵਰਕਸ਼ਾਪ ਦਾ ਉਹ ਕੰਮ ਨਹੀਂ ਹੁਣ ਕਰ ਸਕਦੇ, ਅਤੇ ਉਹਦੇ ਕਰਕੇ ਸਾਡੇ ਘਰ ਦਾ ਹਾਲਾਤ ਥੋੜ੍ਹੇ ਨਾ ਤੰਗੀ ਵਿੱਚ ਆ ਗਏ, ਜੋ ਕਿ ਡੈਡੀ ਵੀ ਵਿਹਲੇ ਬਹਿ ਗਏ, ਅਤੇ ਮੇਰਾ ਜੀ ਵਰਕਸ਼ਾਪ ਦਾ ਕੰਮ ਸੀ, ਉਹ ਵੀ ਮੈਂ ਵੀ ਕਰਦਾ ਸੀ, ਮੇਰਾ ਵੀ ਐਕਸੀਡੈਂਟ ਹੋ ਗਿਆ ਮਸ਼ੀਨ ਦੇ ਨਾਲ, ਉਹਦੇ ਕਰਕੇ ਮੈਂ ਵੀ ਵਰਕਸ਼ਾਪ ਦਾ ਕੰਮ ਛੱਡ ਬੈਠਾ, ਅਤੇ ਸਾਡੇ ਹਾਲਾਤ ਬਹੁਤ ਹੀ ਗਰੀਬੀ ਵਿੱਚ ਆ ਗਏ। ਫਿਰ ਮੈਂ ਥੋੜ੍ਹਾ ਜਿਹੀ ਕੋਈ ਪੈਸਾ ਨਹੀਂ ਕਮਾਉਂਦੇ, ਵਿਹਲੇ ਬਹਿਣ ਦੇ ਕਰਕੇ ਮੈਂ ਕੋਈ ਫੁੱਟਬਾਲ ਬੱਚਿਆਂ ਦੇ ਖਿਲੌਣੇ, ਕੋਈ ਪਕਾਨੇ ਵੇਚਣੇ ਸ਼ੁਰੂ ਕਰਕੇ,
ਉਹਦੇ ਨਾਲ ਜੀ ਵੇਖੋ ਮੈਂ ਥੋੜ੍ਹਾ ਬਹੁਤ ਕਮਾਉਣਾ ਸ਼ੁਰੂ ਕੀਤਾ 50-100 ਕਦੀ 50 ਰੁਪਏ ਦਿਹਾੜੀ ਕਦੀ 100 ਰੁਪਇਆ ਕਦੇ 150 ਰੁਪਇਆ ਕਮਾ ਕੇ ਦਿਹਾੜੀ ਲਿਆਉਂਦੇ ਰਹੇ ਜੀ ਇਹਦੇ ਨਾਲ ਅਸੀਂ ਟਾਈਮ ਪਾਸ ਕਰਦੇ ਹਾਂ ਸਾਡੇ ਬਹੁਤ ਹੀ ਗਰੀਬੀ ਵਾਲਾ ਜੀ ਸਮਾਂ ਆ ਸਾਡੇ ਮਕਾਨ ਵੀ ਕੱਚੇ ਆ ਬਾਰਿਸ਼ ਆਉਂਦੀ ਹੈ ਸਾਡੇ ਕਮਰੇ ਚੋ ਪੈਂਦੇ ਸਾਡੇ ਬਿਸਤਰੇ ਕਿੱਲੇ ਹੋ ਜਾਂਦੇ ਸਾਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ ਅਤੇ ਇਹ ਸਾਡੇ ਹੀ ਹਾਲਾਤ ਵੇਖੋ ਜੀ ਅਸੀਂ ਸਰਕਾਰਾਂ ਦੇ ਵੀ ਅੱਗੇ ਬਹੁਤ ਫਾਰਮ ਭਰ ਭਰ ਕੇ ਹਾਰ ਚੁੱਕੇ ਹਾਂ ਬੜੇ ਫਾਰਮ ਭਰਦੇ ਰਹੇ ਹਾਂ ਜੀ ਗਰਾਂਟਾਂ ਕਹਿੰਦੇ ਤੁਹਾਨੂੰ ਦੇਵਾਂਗੇ ਗਰਾਂਟ ਸਾਨੂੰ ਕੋਈ ਨਹੀਂ ਮਿਲੀ 5-6 ਸਾਲ ਹੋ ਗਏ ਅਸੀਂ ਫਾਰਮ ਭਰੇ ਸਾਡੇ ਫਾਰਮ ਫੁਰਮ ਪਤਾ ਨਹੀਂ ਉਹਨਾਂ ਨੇ ਕਿੱਥੇ ਗਵਾਤੇ ਹੁਣ ਅਸੀਂ ਜਦੋਂ ਅਸੀਂ ਜਾ ਕੇ ਪੁੱਛਦੇ ਹਾਂ ਤਾਂ ਉਹ ਕਹਿੰਦੇ ਫਾਈਲ ਲਿਆਓ ਜੀ ਫਾਈਲ ਦੁਬਾਰਾ ਫਾਈਲ ਸਾਡੀ ਕੋਈ ਤਿਆਰ ਹੀ ਨਹੀਂ ਕਰ ਰਿਹਾ ਸਾਡੀ ਫਾਈਲ ਹੀ ਉਹਨਾਂ ਨੇ ਗੁੰਮ ਕਰ ਦਿੱਤੀ ਅਸੀਂ ਇਹੀ ਚਾਹੁੰਦੇ ਹਾਂ ਜੀ ਸਾਡਾ ਕੋਈ ਸਰਕਾਰ ਮਦਦ ਕਰਦੀ ਸਾਡੇ ਉਹ ਕਿ ਇਕੱਠੇ ਕੱਚੇ ਜਿਹੜੇ ਮਕਾਨ ਆ ਕੋਠੇ ਕਮਰਾ ਕੋਈ 1-2 ਸਾਡੇ ਬਣ ਜਾਂਦਾ ਸਾਡਾ ਕਿ ਜਿਹੜਾ ਟਾਈਮ ਪਾਸ ਸਾਡਾ ਹੁੰਦਾ ਪਰ ਸਾਡਾ ਹੁਣ ਟਾਈਮ ਪਾਸ ਵੀ ਔਖਾ ਜੀ ਹੁਣ ਤਾਂ ਦੇਖੋ ਇਹ ਰੋਟੀ ਜੋਗਾ ਮਹਾਂ ਚਾਹ ਪਾਣੀ ਜੋਗਾ ਵਿੱਚ ਕਮਾ ਕੇ ਲਿਆਈ ਦੇ ਜੀ ਬਸ ਪਕਾਨਾ ਫੁੱਟਬਾਲ ਵੇਚ ਕੇ ਖਿਡੌਣੇ ਵੇਚ ਕੇ ਹਾਂਜੀ ਮੇਰਾ ਜੀ ਵਿਆਹ ਵੀ ਹੋਇਆ ਜੀ ਵਿਆਹ ਮੇਰਾ ਥੋੜ੍ਹੇ ਤੰਗੀਆਂ ਕਰਕੇ ਪੈਸਿਆਂ ਦੇ ਕਰਕੇ ਲੜਾਈ ਝਗੜੇ ਹੁੰਦੇ ਕਰਕੇ ਇਹਦੇ ਕਰਕੇ ਮੇਰਾ ਡਿਵੋਰਸ ਵੀ ਹੋ ਗਿਆ ਪਰ ਹੁਣ ਮੈਂ ਦੇਖੋ ਜੀ ਮੈਂ ਆਪਣਾ ਕੋਈ ਕੰਮ ਕੋਈ ਕਰਨਾ ਚਾਹੁੰਦਾ ਵਾਂ ਜੇ ਕੋਈ ਮੇਰੀ ਮਦਦ ਕਰਨਾ ਚਾਹੁੰਦਾ ਤਾਂ ਮੈਂ ਅੱਗੇ ਆ ਸਕਦਾ ਮੇਰਾ ਨੰਬਰ ਹੈ 79-86-92-84-37 ਸਾਡਾ ਨੰਬਰ ਹੈ ਜੀ ਘਰ ਦੇ ਏਵਨ ਮੀਡੀਆ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ।